सरदार रणजीत सिंह जी बाठ जिन्हों मार्केट कमेटी के चेयरमैन बनते उन्होंने पिंड वासियों वालों दी गई लख लख वधाई। सत श्रीकाल जी, तुसी देख रहे हो फास्ट वे संदेश। अज असीं पहुंचे डिस्ट्रिक्ट गुरदासपुर हलका डेरा बाबा नानक दे पिंड ढंगी पणवा, जिथे कि आम पार्टी के सीनियर आगू जो ने रणजीत सिंह जी बाठ अज उन्होंने चेयरमैनी का अहुदा जो है कलानौर विखे तो दिता गया, वह आप उन्होंने नाल गलबात करते हैं। सत श्रीकाल सर। सत श्रीकाल जी सर, बहुत बहुत मुबारक हो जी। थैंक यू सर, धन्यवाद जी। हाँ जी, बाठ जी 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 मार्केट कमेटी चेयरमैन मार्केट कमेटी कलानौर का मैनू ਅਹੁਦੇ 'ਤੇ ਨਿਯੁਕਤ ਕੀਤਾ ਵਾ ਪੰਜਾਬ ਗੌਰਮੈਂਟ ਨੇ। ਮੈਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਕਰਦਾ, ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਜਿਤਾਇਆ। ਅਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਨੂੰ ਜਿਸ ਅਹੁਦੇ 'ਤੇ ਪਾਰਟੀ ਨੇ ਲਾਇਆ ਮੈਂ ਪੂਰੇ ਤਨਦੇਹੀ ਦੇ ਨਾਲ ਸੇਵਾ ਕਰਾਂਗਾ ਪਬਲਿਕ ਦੀ, ਅਤੇ ਜੋ ਲੋਕਾਂ ਦੀਆਂ ਆਸਾਂ ਉਮੀਦਾਂ ਨੇ ਅਸੀਂ ਉਹਦੇ 'ਤੇ ਖਰੇ ਉਤਰਾਂਗੇ। ਅਤੇ ਸਰ, ਜਿਵੇਂ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਸੀਂ ਇਹੀ ਕਹਾਂਗੇ ਵੀ ਨਸ਼ਿਆਂ ਤੋਂ ਦੂਰ ਰਹੋ, ਆਪਣੇ ਰੁਜ਼ਗਾਰ ਵੱਲ ਧਿਆਨ ਰੱਖੋ, ਆਪਣੇ ਪਰਿਵਾਰ ਦੀ ਸੇਵਾ ਕਰੋ, ਅਤੇ ਕਾਰੋਬਾਰ ਜਿਹੜੇ ਨੇ ਆਪੋ ਆਪਣੇ ਕਰਨੇ ਚਾਹੀਦੇ। ਵਧੀਆ ਗੱਲ ਆ, ਕਾਰੋਬਾਰ 'ਚ ਲੱਗਿਆ ਬੱਚਾ ਜਿਹੜਾ ਉਹ ਨਸ਼ੇ ਤੋਂ ਰਹਿਤ ਰਹਿੰਦਾ, ਉਹ ਮਿਲ ਜਾਂਦਾ ਵਾ। ਸੋ ਮੈਂ ਤਾਂ ਗੱਲ ਕਰਾਂਗਾ ਅੱਜ ਸਾਡੇ ਵੱਡੇ ਵੀਰ ਰਣਜੀਤ ਸਿੰਘ ਜੀ ਬਾਠ ਔਰ ਸੀਨੀਅਰ ਆਗੂ ਵੀ ਨੇ ਹਲਕੇ ਦੇ। ਸੋ ਉਹਨਾਂ ਦੀ ਗੱਲ ਕਰਨੀ ਚਾਹਾਂਗਾ ਕਿ ਮੈਂ ਸ਼ੁਰੂ ਤੋਂ ਉਹਨਾਂ ਦੇ ਨਾਲ ਹੀ ਕੰਮ ਕੀਤਾ ਵਾ, ਅਸੀਂ ਇੱਕ ਟੀਮ ਵਰਕ ਦੇ ਵਿੱਚ ਜਿਹੜਾ ਵਾ ਉਹ ਕੰਮ ਕੀਤਾ ਵਾ। ਸੋ ਜੋ ਵਾਅਦੇ ਸਾਡੇ ਨਾਲ ਆਮ ਆਦਮੀ ਪਾਰਟੀ ਨੇ ਕੀਤੇ ਸੀਗੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਕਨਵੀਨਰ ਨੇ, ਦਿੱਲੀ ਦੇ ਸੀਐਮ ਵੀ ਨੇ, ਸੋ ਉਹਨਾਂ ਨੇ ਜਿਹੜੇ ਵਾਅਦੇ ਸਾਡੇ ਨਾਲ ਕੀਤੇ ਸੀ ਕਿ ਆਮ ਘਰਾਂ ਦੇ ਬੱਚੇ ਜਿਹੜੇ ਨੇ ਉਹ ਅੱਗੇ ਲਿਆਂਦੇ ਜਾਣਗੇ। ਸੋ ਅੱਜ ਦੇਖ ਲਓ ਕਿ ਆਮ ਘਰਾਂ ਦੇ ਯੰਗ ਜਿਹੜੇ ਸੀਗੇ ਸਾਡੇ ਵਰਗੇ ਨੌਜਵਾਨ ਉਹ ਅੱਜ MLA ਵੀ ਨੇ, ਅੱਜ ਉਹ ਮੰਤਰੀ ਵੀ ਨੇ, ਕੈਬਨਿਟ ਮੰਤਰੀ ਵੀ ਨੇ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਵਾਅਦੇ ਜੋ ਸਾਨੂੰ ਦੱਸਿਆ ਗਿਆ ਅੱਜ ਸਾਡੀ ਪਾਰਟੀ ਜਿਹੜੀ ਆ ਬਿਲਕੁਲ ਉਸੇ ਹੀ ਤਰੀਕੇ ਨਾਲ ਕੰਮ ਕਰ ਰਹੀ ਹੈ। ਔਰ ਸਾਡੇ ਸਾਹਮਣੇ ਅੱਜ ਮਿਸਾਲ ਹੈ ਸਾਡੇ ਹਲਕੇ ਦੇ ਵਿੱਚ ਸਾਡੇ ਵੱਡੇ ਵੀ ਰਣਜੀਤ ਸਿੰਘ ਜੀ ਬਾਠ, ਕਿ ਉਹਨਾਂ ਨੇ ਵੀ ਲਗਨ ਦੇ ਨਾਲ ਸ਼ੁਰੂ ਤੋਂ ਹੁਣ ਤੱਕ ਕੰਮ ਕੀਤਾ। ਅੱਜ ਪਾਰਟੀ ਨੇ ਉਹਨਾਂ ਨੂੰ ਮਾਰਕੀਟ ਕਮੇਟੀ ਕਲਾਨੌਰ ਦਾ ਬਤੌਰ ਚੇਅਰਮੈਨ ਵਜੋਂ ਨਿਵਾਜਿਆ ਵਾ। ਸੋ ਇਸ 'ਤੇ ਅਸੀਂ ਵਧਾਈ ਦੇ ਪਾਤਰ ਵੀ ਹਾਂ, ਅਤੇ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਕਿ ਵਾਕਈ ਜੋ ਕਿਹਾ ਸੋ ਕੀਤਾ। ਜਿਵੇਂ ਅਸੀਂ ਨਾ ਥੋੜ੍ਹੇ ਦਿਨ ਪਹਿਲਾਂ ਕਿਸੇ ਵੱਡੇ ਲੀਡਰ ਕੋ ਕਿਸੇ ਸੋਗ ਸਮਾਗਮ ਦੇ ਵਿੱਚ ਗਏ ਸੀਗੇ ਬੈਠੇ, ਉੱਥੇ ਗੱਲ ਚੱਲ ਗਈ ਕਿ ਜਿਹੜੀਆਂ ਸਾਡੀ ਪਹਿਲੀਆਂ ਰਵਾਇਤੀ ਪਾਰਟੀਆਂ ਸੀ ਉਹ ਬਹੁਤ ਖਿੱਚ ਧੂ ਕਰਦੀਆਂ ਸੀਗੀਆਂ ਵਰਕਰ ਦੀ, ਜਿਹੜੇ ਆਮ ਵਰਕਰ ਨੇ ਨਾ ਉਹਨਾਂ ਦੀ ਬੜੀ ਉਹਨਾਂ ਨੇ ਖਿੱਚ ਧੂ ਕਰਨੀ। ਔਰ ਖਿੱਚ ਧੂ ਕਰਨ ਦੇ ਬਾਅਦ ਵੀ ਜਦੋਂ ਗੱਲ ਚੇਅਰਮੈਨੀਆਂ 'ਤੇ ਆਉਂਦੀ ਸੀ ਨਾ ਅਤੇ ਉੱਥੇ ਬੋਲੀ ਲਾਈ ਜਾਂਦੀ ਸੀ, ਸਹੀ ਗੱਲ ਹੈ, ਸਹੀ ਗੱਲ ਹੈ, ਕਿ ਫਲਾਣਾ ਇੰਨੇ ਪੈਸੇ ਦੇ ਰਿਹਾ ਹੈ ਤੂੰ ਕਿੰਨੇ ਦੇਵੇਂਗਾ। ਪਰ ਸਾਡੀ ਪਾਰਟੀ 'ਤੇ ਸਾਨੂੰ ਮਾਣ ਵੀ ਹੈ ਅਤੇ ਹੋਣਾ ਵੀ ਚਾਹੀਦਾ ਵਾ ਕਿ ਅਸੀਂ ਮਿਹਨਤ ਵੀ ਕੀਤੀ ਹੈ ਅਤੇ ਅੱਜ ਉਹਨਾਂ ਹੀ ਮਿਹਨਤ ਦਾ ਫਲ ਮਿਲਿਆ ਜੋ ਜ਼ਬਾਨ ਕੀਤੀ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ, ਅੱਜ ਉਹਦੇ 'ਤੇ ਉੱਤੇ ਪੂਰੇ ਉੱਤਰ ਰਹੇ ਨੇ। ਸੋ ਉੱਥੇ ਬੋਲੀ ਲਾਈ ਜਾਂਦੀ ਸੀ ਅਤੇ ਅੱਜ ਵੇਖੋ ਇੱਕ ਗਰਾਊਂਡ ਲੈਵਲ ਤੋਂ ਉੱਠ ਕੇ ਇੱਕ ਆਮ ਘਰ 'ਚੋਂ ਉੱਠ ਕੇ ਐਡੀ ਵੱਡੀ ਪਦਵੀ ਦੇ ਉੱਤੇ ਨਿਵਾਜ ਦੇਣਾ ਕਿਤੇ ਨਾ ਕਿਤੇ ਬਹੁਤ ਵੱਡਾ ਇਤਿਹਾਸ ਦੇ ਵਿੱਚ ਜਿਹੜਾ ਵਾ ਉਹ ਪਹਿਲੀ ਵਾਰੀ ਵੇਖਣ ਨੂੰ ਮਿਲ ਰਿਹਾ ਕਿ ਆਮ ਆਦਮੀ ਪਾਰਟੀ 'ਚ ਆਮ ਘਰਾਂ ਦੇ ਬੱਚਿਆਂ ਨੂੰ ਜਿਹੜਾ ਵਾ ਉਹ ਮੌਕਾ ਮਿਲ ਰਿਹਾ ਵਾ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਅਹੁਦੇ ਦੇ ਨਾਲ ਨਿਵਾਜਿਆ ਵਾ।